ਸਟ੍ਰਿਕਲ ਸਾਰਿਆਂ ਨੂੰ ਜੀ ਮੁਲਾਜ਼ਮਤ ਦੀ ਪੈਨਸ਼ਨ ਦੇ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਆਪ ਸਭ ਨਾਲ ਡਿਸਕਸ ਕਰਾਂਗੇ ਸੋ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਜਿਨ੍ਹਾਂ ਨੇ ਇਸ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਹਰ ਰੋਜ਼ ਦੀ ਤਾਜ਼ਾ ਖਬਰ ਸਾਡੇ ਚੈਨਲ ਤੋਂ ਪ੍ਰਾਪਤ ਹੋ ਸਕੇ ਕਿਉਂਕਿ ਮੁਲਾਜ਼ਮਾਂ ਤੇ ਪੈਨਸ਼ਨਸ ਦੀਆਂ ਤਨਖਾਹਾਂ ਪੱਤਿਆਂ ਤੇ ਮੰਗਾਂ ਸੰਬੰਧੀ ਹਰ ਤਰ੍ਹਾਂ ਦੀ ਤਾਜ਼ਾ ਖਬਰ ਅਸੀਂ ਡੇਲੀ ਦੇ ਤੌਰ ਤੇ ਜੋ ਵੀ ਕਿਸੇ ਵੱਖਰੇ ਵੱਖਰੇ ਭਾਗ ਨਾਲ ਸੰਬੰਧ ਰੱਖਦੀ ਹੈ ਅਸੀਂ ਰੋਜ਼ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਐਮ ਖਬਰ ਇਥੋਂ ਦੇ ਸੈਕਟਰ 5 ਦੇ ਹੁੱਡਾ ਗਰਾਊਂਡ ਤੋਂ ਹਰਿਆਣਾ ਵਿਧਾਨ ਸਭਾ ਦਾ ਘਰਾਉ ਕਰਨ ਜਾ ਰਹੇ ਵੱਡੀ ਗਿਣਤੀ ਐਕਸਟੈਂਸ਼ਨ ਲੈਕਚਰਰਾਂ ਨੂੰ ਪੁਲਿਸ ਨੇ ਰੋਕ ਲਿਆ ਪੁਲਿਸ ਨੇ ਉਹਨਾਂ ਤੇ ਜਲ ਤੋਪਾ ਰਾਹੀਂ ਪਾਣੀ ਸੁੱਟਿਆ ਇਸ ਦੌਰਾਨ ਧੱਕਾ ਮੁਕੀ ਦੌਰਾਨ ਕਈ ਲੈਕਚਰਰ ਜ਼ਖਮੀ ਹੋ ਗਏ ਜ਼ਖਮੀਆਂ ਵਿੱਚੋਂ ਕਈ ਮਹਿਲਾ ਲੈਕਚਰਰ ਵੀ ਸਨ ਪੁਲਿਸ ਨੇ ਲੈਕਚਰਰਾਂ ਦੀ ਖਿੱਚ ਤੂ ਪੰਚਕੁਲਾ ਚੰਡੀਗੜ੍ਹ ਬਾਰਡਰ ਉੱਪਰ ਕੀਤੀ ਦੱਸਣਯੋਗ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈ ਪੰਚਕੁਲਾ ਲੈਕਚਰਰ ਪੰਚਕੁਲਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹਨ ਇਨ੍ਹਾਂ ਵਿੱਚ ਕਈ ਲੈਕਚਰਰ ਪਿਛਲੇ 9 ਦਿਨਾਂ ਤੋਂ ਮਰਨਵਰਤ ਉੱਤੇ ਬੈਠੇ ਹਨ ਪੁਲਿਸ ਨਾਲ ਟਕਰਾਅ ਦੌਰਾਨ ਲੈਕਚਰਰਾਂ ਦਾ ਸੁਭਾ ਪ੍ਰਧਾਨ ਈਸ਼ਵਰ ਸਿੰਘ ਵੀ ਜ਼ਖਮੀ ਹੋ ਗਿਆ ਖਬਰ ਲਿਖੇ ਜਾਣ ਤੱਕ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ ਇਹ ਵੀ ਜਾਣਕਾਰੀ ਮਿਲੀ ਕਿ ਜਲ ਤੋਪਾਂ ਕਾਰਨ ਕਈ ਲੈਕਚਰਰਾਂ ਦੇ ਕੰਨਾਂ ਦੇ ਪਰਦੇ ਵੀ ਫਟ ਗਏ ਇਸ ਦੌਰਾਨ ਲੈਕਚਰਰ ਮੰਗਾਂ ਕਰ ਰਹੇ ਸਨ ਕਿ ਨੌਕਰੀ ਪੱਕੀ ਕੀਤੀ ਜਾਵੇ ਤਨਖਾਹਾਂ ਵਧਾਈਆਂ ਜਾਣ ਨਵੇਂ ਲੈਕਚਰਰਾਂ ਦੀ ਭਰਤੀ ਨਾ ਕੀਤੀ ਜਾਵੇ ਸਗੋਂ ਉਹਨਾਂ ਨੂੰ ਹੀ ਪੱਕਾ ਕੀਤਾ ਜਾਵੇ ਸੁਭਾ ਪ੍ਰਧਾਨ ਈਸ਼ਵਰ ਸਿੰਘ ਨੇ ਕਿਹਾ ਕਿ ਨਵੀਆਂ ਭਰਤੀਆਂ ਕਰਕੇ ਸਰਕਾਰ ਨੂੰ ਲੈਕਚਰਰਾਂ ਨੂੰ ਬੇਰੁਜ਼ਗਾਰ ਕਰਨਾ ਚਾਹੁੰਦੀ ਹੈ ਸੋ ਅੱਜ ਦੀ ਨਿਊਜ਼ ਉਹਨਾਂ ਮੁਲਾਜ਼ਮਾਂ ਨਾਲ ਸੰਬੰਧਿਤ ਰੱਖਦੀ ਹੈ ਜੋ ਕਾਲਜਾਂ ਦੇ ਵਿੱਚ ਕੰਮ ਕਰਦੇ ਨੇ ਲੈਕਚਰਰ ਜੋ ਕਹਿ ਰਹੇ ਆ ਵੀ ਉਹਨਾਂ ਦੀਆਂ ਤਨਖਾਹਾਂ ਨੂੰ ਇਨਕਰੀਜ਼ ਕੀਤਾ ਜਾਵੇ ਤੇ ਨਵੀਂ ਜਿਹੜੀ ਹੈਗੀ ਹੈ ਪਰਤੀ ਨਾ ਕੀਤੀ ਜਾਵੇ ਤੇ ਉਹਨਾਂ ਨੂੰ ਹੀ ਪੱਕਾ ਕੀਤਾ ਜਾਵੇ ਜੋ ਅਡਹੌਕ ਜਾਂ ਕੱਚੇ ਜਿਹੇ ਕੰਮ ਕਰ ਰਹੇ ਨੇ ਸੋ ਇਹ ਸੀ ਜੀ ਮੁਲਾਜ਼ਮਾਂ ਦੇ ਨਾਲ ਜੁੜੀ ਹੋਈ ਅੱਜ ਦੀ ਤਾਜ਼ਾ ਖਬਰ ਸੋ ਹਰ ਰੋਜ਼ ਦੀਆਂ ਤਾਜ਼ਾ ਖਬਰਾਂ ਸੁਣਨ ਲਈ ਜੁੜੇ ਰਹੋ ਜੀ ਨੀਆ ਸਟੱਡੀ ਹੱਬ ਚੈਨਲ ਦੇ ਨਾਲ ਤੇ ਰੈੱਡ ਬਟਨ ਕਲਿੱਕ ਕਰਕੇ ਤੇ ਬੈਲ ਆਈਕਨ ਨੂੰ ਕਲਿੱਕ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਹਰ ਰੋਜ਼ ਦੀਆਂ ਤਾਜ਼ਾ ਖਬਰਾਂ ਸਾਡੇ ਚੈਨਲ ਤੋਂ ਪ੍ਰਾਪਤ ਹੋ ਸਕਣ ਧੰਨਵਾਦ ਜੀ